ਮਹਿਲਾ ਨਾਲ ਸ਼ਖਸ ਬਣਾਉਣਾ ਚਾਹੁੰਦਾ ਸੀ ਸਰੀਰਕ ਸੰਬੰਧ। ਸ਼ਰਾਬ ਪਿਆ ਕੇ ਮਹਿਲਾ ਨੇ ਕਰ ਦਿੱਤਾ ਉਸਦਾ ਕਤਲ। ਫਿਰ ਕਿਰਾਏਦਾਰ ਨਾਲ ਮਿਲ ਕੇ ਲਾਸ਼ ਨੂੰ ਪਾਇਆ ਬੈੱਡ ਦੇ ਵਿੱਚ। ਪੁਲਿਸ ਨੇ ਬੈੱਡ ਤੋੜ ਕੇ ਕੱਢੀ ਗਲੀ ਹੋਈ ਲਾਸ਼। 24 ਘੰਟਿਆਂ 'ਚ ਹੀ ਮਹਿਲਾ ਅਤੇ ਉਸਦੇ ਸਾਥੀ ਨੂੰ ਕੀਤਾ ਕਾਬੂ। ਤਾਂ ਦੱਸਦੇ ਕਿ ਇੱਕ ਘਰ ਦੇ ਅੰਦਰੋਂ ਗੰਦੀ ਬਦਬੂ ਆ ਰਹੀ ਸੀ, ਤਾਂ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਾਂ ਪੁਲਿਸ ਜਦ ਅੰਦਰ ਜਾ ਕੇ ਵੇਖਦੀ ਹੈ ਤਾਂ ਬੈੱਡ ਦੇ ਅੰਦਰ ਕਈ ਦਿਨਾਂ ਤੋਂ ਇੱਕ ਲਾਸ਼ ਹੁੰਦੀ ਹੈ ਜੋ ਕਿ ਬਿਲਕੁਲ ਸੜ ਚੁੱਕੀ ਹੁੰਦੀ ਹੈ। ਤਾਂ ਪੁਲਿਸ ਦੇ ਵੱਲੋਂ ਉਸ ਲਾਸ਼ ਨੂੰ ਬਾਹਰ ਕੱਢਿਆ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ। ਤਾਂ 24 ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਇਸਦੇ ਦੋ ਕਾਤਲਾਂ ਨੂੰ ਕਾਬੂ ਕਰ ਲਿਆ, ਜਿਸ ਦੇ ਵਿੱਚ ਇੱਕ ਮਹਿਲਾ ਅਤੇ ਉਸਦਾ ਕਿਰਾਏਦਾਰ ਸ਼ਾਮਿਲ ਹੈ। ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਮ੍ਰਿਤਕ ਸ਼ਖਸ ਇਸ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ, ਪਰ ਇਹ ਮਹਿਲਾ ਇਸ ਨੂੰ ਲੈ ਕੇ ਰਾਜੀ ਨਹੀਂ ਸੀ, ਤਾਂ ਇਸ ਤੋਂ ਨਫ਼ਰਤ ਕਰਦੀ ਸੀ। ਤਾਂ ਜਿਸ ਨੂੰ ਲੈ ਕੇ ਇਸ ਮਹਿਲਾ ਨੇ ਪਹਿਲਾਂ ਤਾਂ ਉਸਨੂੰ ਰਾਤ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ, ਤਾਂ ਸ਼ਰਾਬ ਦੇ ਵਿੱਚ ਕੁਝ ਘੋਲ ਕੇ ਪਿਆ ਦਿੱਤਾ, ਜਿਸ ਕਾਰਨ ਉਹ ਸ਼ਖਸ ਬੇਸੁੱਧ ਹੋ ਜਾਂਦਾ, ਜਿਸ ਤੋਂ ਬਾਅਦ ਉਸਨੂੰ ਬੈੱਡ ਦੇ ਅੰਦਰ ਬੰਦ ਕਰ ਦਿੱਤਾ ਜਾਂਦਾ, ਜਿਸ ਕਾਰਨ ਉਸਦੀ ਜਾਨ ਚਲੀ ਜਾਂਦੀ ਹੈ। ਤਾਂ ਦੱਸਦੀ ਹੈ ਕਿ ਜਦ ਉਸਦੇ ਵੱਲੋਂ ਉਸਨੂੰ ਸ਼ਰਾਬ ਪਿਆਈ ਜਾਂਦੀ ਹੈ ਤਾਂ ਉਸਦੇ ਘਰ ਦੇ ਵਿੱਚ ਇੱਕ ਕਿਰਾਏਦਾਰ ਰਹਿ ਰਿਹਾ ਹੁੰਦਾ ਹੈ, ਜਿਸਦੀ ਮਦਦ ਦੇ ਨਾਲ ਉਹ ਉਸਨੂੰ ਇੱਕ ਬਾਕਸ ਬੈੱਡ ਦੇ ਅੰਦਰ ਬੰਦ ਕਰ ਦਿੰਦੀ ਹੈ। ਅਤੇ ਕਈ ਦਿਨਾਂ ਬਾਅਦ ਜਦ ਉਸਦੀ ਲਾਸ਼ ਸੜ ਜਾਂਦੀ ਹੈ ਤਾਂ ਗੰਦੀ ਬਦਬੂ ਘਰ ਤੋਂ ਬਾਹਰ ਤੱਕ ਆਉਣ ਲੱਗ ਜਾਂਦੀ ਹੈ। ਤਾਂ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਤਾਂ ਪੁਲਿਸ ਦੇ ਵੱਲੋਂ ਉਸਦੀ ਲਾਸ਼ ਨੂੰ ਬਾਹਰ ਕੱਢ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਤਾਂ 24 ਘੰਟਿਆਂ ਦੇ ਅੰਦਰ ਹੀ ਮਹਿਲਾ ਅਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਗਿਆ। ਇਸ ਤਰ੍ਹਾਂ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈੱਡ ਬਾਕਸ ਦੇ ਵਿੱਚੋਂ, ਅਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦ ਇਨ 24 ਆਵਰ ਉਸ ਕੇਸ ਨੂੰ ਫਰੇਸ ਕਰ ਲਿਆ ਗਿਆ। ਕੱਲ੍ਹ ਸਵੇਰੇ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ। ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਹਿਮਾਚਲ ਦੇ ਵਿੱਚ ਉਹਨੂੰ ਬੁਲਾਇਆ ਗਿਆ, ਉਹ ਕਮਰਾ ਖੋਲਿਆ ਗਿਆ, ਫੋਰੈਂਸਿਕ ਬੁਲਾਈ ਗਈ, ਅਤੇ ਜਦੋਂ ਸਰਚ ਕੀਤੀ ਗਈ ਉਹਦੇ 'ਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਹੋਈ ਸੀ। ਔਰ ਉਹ ਫਿਰ ਉਹਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸਨੋਜ ਕੁਮਾਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾ ਦਿੱਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਤਾ। ਮਰਨ ਤੋਂ ਬਾਅਦ ਬੰਦ ਕੀਤਾ ਕਿ ਨਹੀਂ, ਇਹ ਫੋਰੈਂਸਿਕ ਅਤੇ ਪੋਸਟਮਾਰਟਮ ਦੇ ਵਿੱਚ ਆਏਗਾ ਐਗਜੈਕਟ ਟਾਈਮ ਆਫ ਡੈਥ, ਅਤੇ ਉਹਨੂੰ ਮਾਰ ਦਿੱਤਾ ਗਿਆ ਸੀ। ਕਾਰਨ ਕੀ ਰਿਹਾ ਫਿਰ ਮਾਰਨ ਦਾ? ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ, ਜਿਹੜਾ ਕਿ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੇਸੀ ਨਹੀਂ ਰੱਖਣਾ ਚਾਹੁੰਦੀ ਸੀ, ਜਦਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਉਹਨੇ ਕਤਲ ਕੀਤਾ। ਸਰ ਹਿਮਾਚਲੀ ਦੇ ਵੀ ਪ੍ਰਮੋਦ ਕੁਮਾਰ ਦੀ ਸੈਕਿੰਡ ਵਾਈਫ ਦੱਸੀ ਜਾਂਦੀ, ਕੈਸੀ ਗੱਲ ਹੈ? ਇਹ ਤਫਤੀਸ਼ ਦੇ ਵਿੱਚ ਆਇਆ ਜੀ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ, ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ, ਲੇਕਿਨ ਐਸ ਸੱਚ ਕੋਈ ਵਾਈਫ ਵਾਲਾ ਕੋਈ ਹਾਲੇ ਐਂਗਲ ਸਾਹਮਣੇ ਨਹੀਂ ਆਇਆ। ਲੀਗਲੀ ਵੈਡਿਡ ਵਾਈਫ ਕਿਹਦੀ ਸੀ ਹਾਲੇ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਈ। ਬੱਚੇ ਦੋ ਇਹਦੇ ਹੈਗੇ ਆ, ਉਹਨਾਂ ਦੇ ਟੇਕ ਕੇਅਰ ਪ੍ਰਮੋਦ ਕਰਦਾ ਔਰ ਜਿਹੜਾ ਘਰ ਹੈ ਇਹ ਵੀ ਪ੍ਰਮੋਦ ਦਾ ਹੈ ਜੋ ਇਹਨੇ ਉਹਨੂੰ ਦਿੱਤਾ ਹੋਇਆ ਸੀ ਰਹਿਣ ਵਾਸਤੇ। ਇਹ ਫਰਾਈਡੇ ਦੀ ਕਹਿ ਰਹੇ ਹਾਂ ਜੀ ਕਿ ਉਹਨੂੰ ਸ਼ਰਾਬ ਪਿਲਾਈ ਸੀ ਅਤੇ ਉਸ ਤੋਂ ਬਾਅਦ ਜੀ ਉਹਦੀ ਡੈਥ ਹੋਈ ਹੋਏਗੀ, ਅਤੇ ਹੁਣ ਤੱਕ ਦੇਖ ਲਓ ਕਿ 4 ਦਿਨ ਹੋ ਗਏ, 4 ਦਿਨ ਪੁਰਾਣੀ ਤਾਂ ਹੋ ਗਈ।